मेरे वाइफ के लिए केवल 5-6 साल तो वैरिकोज वेन की प्रॉब्लम सी, जो कि हुण थोड़े दिन तो काफ़ी जी सवेयर हो गई सी, काफ़ी उन्हों की लत्त पेन रहा सर। मैं डॉक्टर जगमीत सिंह जी उन्होंने वीडियो देखता रहा है यूट्यूब के उत्ते, मैं उन्होंने लेजर सर्जरी बारे देखा सर वीडियो के, हूँ साडा जो पेशेंट का काफ़ी सक्सैसफुल होया, बिना किसी दर्द के बिना किसी चीर फाड़ के पेशेंट बहुत ही वधिया तरीके हो गए। ਸ਼੍ਰੀ ਸਿੰਘ ਹੈ ਜੀ, ਅਸੀਂ ਆਦਮਪੁਰ ਲਾਗੇ ਪਿੰਡ ਡੋਲੀ ਕਲਾਂ ਤੋਂ ਆਏ ਜੀ। ਮੇਰੇ ਵਾਈਫ ਜਿਹੜੇ ਸੀਗੇ ਉਹਨੂੰ 5-6 ਸਾਲ ਤੋਂ ਵੈਰੀਕੋਸ ਵੇਨ ਦੀ ਪ੍ਰੋਬਲਮ ਸੀ, ਅਤੇ ਜੋ ਕਿ ਹੁਣ ਥੋੜ੍ਹੇ ਦਿਨ ਤੋਂ ਕਾਫ਼ੀ ਜਿਹੜੀ ਸਵੇਅਰ ਹੋ ਗਈ ਸੀ, ਕਾਫ਼ੀ ਉਹਨਾਂ ਦੀ ਲੱਤਾਂ 'ਤੇ ਪੇਨ ਰਹਿੰਦਾ ਸੀਗਾ। ਅਤੇ ਮੈਂ ਡਾਕਟਰ ਜਗਮੀਤ ਸਿੰਘ ਜੀ ਉਹਨਾਂ ਦਾ ਵੀਡੀਓ ਦੇਖਦਾ ਰਿਹਾ ਹੈਗਾ ਯੂਟਿਊਬ ਦੇ ਉੱਤੇ, ਅਤੇ ਉੱਥੋਂ ਮੈਂ ਉਹਨਾਂ ਦਾ ਪ੍ਰੋਸੀਜਰ ਦੇਖਿਆ ਵੀ ਸਰਜਰੀ ਜਿਹੜਾ ਤੁਸੀਂ ਕਰਦੇ ਹੈਗੇ ਆਪਣੇ ਸਰਜਰੀ ਨਾਲ ਹੀ ਵੈਰੀਕੋਸ ਵੇਨ ਜਿਹੜੀਆਂ ਠੀਕ ਹੋ ਸਕਦੀਆਂ, ਅਤੇ ਇਹਦੇ ਨਾਲ ਵੀ ਹੋਰ ਹੈਗੀਆਂ ਬਿਮਾਰੀਆਂ ਦੇ ਹੈਗੀਆਂ ਜਿੱਦਾਂ ਦਰਦ ਵਗੈਰਾ ਹੈਗਾ ਉਹ ਸਹੀ ਹੋ ਜਾਂਦਾ। ਅਤੇ ਮੈਂ ਉਹਦੀ ਲੇਜ਼ਰ ਸਰਜਰੀ ਬਾਰੇ ਦੇਖਿਆ ਸੀਗਾ ਵੀਡੀਓ ਦੇ ਵਿੱਚ, ਅਤੇ ਅਸੀਂ ਫਿਰ ਉਹਨਾਂ ਨਾਲ ਕੰਸਲਟ ਕੀਤਾ ਹੋਸਪਿਟਲ ਆ ਕੇ, ਅਤੇ ਉਹਨਾਂ ਨੇ ਸਾਨੂੰ ਸਾਰਾ ਪ੍ਰੋਸੀਜਰ ਦੱਸਿਆ ਵੀ ਇੱਦਾਂ ਇੱਦਾਂ ਕਰਕੇ ਵੀ ਇਹ ਤੁਹਾਡੀ ਪ੍ਰੋਬਲਮ ਸਾਰੀ ਸਹੀ ਹੋ ਜਾਏਗੀ, ਵੀ ਕੋਈ ਤੁਹਾਨੂੰ ਬਾਅਦ ਵਿੱਚ ਕੋਈ ਵੀ ਤਕਲੀਫ ਜਾਂ ਨਹੀਂ ਆਏਗੀ। ਇਹ ਬਹੁਤ ਹੀ ਛੋਟਾ ਪੇਸ਼ੈਂਟ ਹੈ, ਮਤਲਬ ਬਹੁਤ ਜ਼ਿਆਦਾ ਟਾਈਮ ਤੁਹਾਨੂੰ ਬੈੱਡ 'ਤੇ ਨਹੀਂ ਰਹਿਣਾ ਪਏਗਾ, ਬਾਕੀ ਮਰੀਜ਼ ਬਾਅਦ ਵਿੱਚ 1-2 ਦਿਨ ਬਾਅਦ ਸਾਰਾ ਆਪਣਾ ਕੰਮ ਕਰ ਸਕਦਾ ਹੈ। ਅਤੇ ਅਸੀਂ ਕਾਫ਼ੀ ਉਹਨਾਂ ਦੇ ਤੋਂ ਪ੍ਰਭਾਵਿਤ ਹੋ ਗਏ, ਅਤੇ ਅਸੀਂ ਉਹਨਾਂ ਦੀ ਸਾਰੀ ਗਾਈਡੈਂਸ ਦੇ ਮੁਤਾਬਕ ਆਪਣਾ ਇਲਾਜ ਕਰਾਇਆ, ਅਤੇ ਹੁਣ ਸਾਡਾ ਜਿਹੜਾ ਇਹ ਪੇਸ਼ੈਂਟ ਦਾ ਕਾਫ਼ੀ ਸਕਸੈਸਫੁਲ ਹੋਇਆ, ਅਤੇ ਹੁਣ ਉਹ ਸਾਰਾ ਵਾਈਫ ਮੇਰੇ ਆਪਣਾ ਕੰਮ ਸਾਰਾ ਕਰ ਸਕਦੇ ਆ, ਅਤੇ ਬਿਨਾਂ ਕਿਸੇ ਦਰਦ ਕੇ ਬਿਨਾਂ ਕਿਸੇ ਚੀਰ ਫਾੜ ਦੇ ਪੇਸ਼ੈਂਟ ਬਹੁਤ ਹੀ ਵਧੀਆ ਤਰੀਕੇ ਨਾਲ ਹੋਏ। ਇਸ ਸਰ ਇਹ ਆਪਣਾ ਜਿਹੜਾ ਲੇਜ਼ਰ ਸਰਜਰੀ ਨੇ ਆਪਾਂ ਕੀਤਾ ਆਪਰੇਸ਼ਨ ਕਰਵਾਇਆ ਨਾ, ਮੇਰੇ ਵਾਈਫ ਦਾ ਕੀਤਾ ਹੈਗਾ, ਉਹ ਕਾਫ਼ੀ ਵਧੀਆ ਰਿਹਾ, ਸਕਸੈਸਫੁਲ ਰਿਹਾ, ਉਹਦੇ ਵਿੱਚ ਕੋਈ ਜ਼ਿਆਦਾ ਟਾਂਗੇ ਵਗੈਰਾ ਚੀਰ ਫਾੜ ਨਹੀਂ ਕੀਤੀ ਗਈ, ਸਿਰਫ ਇੱਕ ਛੋਟਾ ਜਿਹਾ ਕੱਟ ਲਗਾਇਆ ਗਿਆ, ਉਹਦੇ ਨਾਲ ਇਹ ਮਿਸ਼ਨ ਕੀਤਾ ਗਿਆ, ਅਤੇ ਉਹਦੇ ਵਿੱਚ ਸਾਨੂੰ 1-2 ਦਿਨ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ, ਅਤੇ ਕਾਫ਼ੀ ਉਹਨਾਂ ਸਾਨੂੰ ਰਾਹਤ ਰਹੀ ਹੈ। ਅਤੇ ਬਾਕੀ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜੇ ਕਿਸੇ ਨੂੰ ਇਹਦਾ ਪ੍ਰੋਬਲਮ ਹੈਗੀ ਹੈ ਤਾਂ ਉਹ ਡਾਕਟਰ ਸਾਹਿਬ ਜ਼ਰੂਰ ਮਿਲਣ, ਕਿ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਅਤੇ ਬਹੁਤ ਹੀ ਸਫਲ ਪੇਸ਼ੈਂਟ ਕਰਦੇ ਕਰਦੇ ਹੈਗੇ ਆ, ਅਤੇ ਮੈਂ ਤਾਂ ਇਹੀ ਤੁਹਾਨੂੰ ਗਾਈਡ ਕਰੂੰਗਾ ਵੀ ਕਿਸੇ ਕੋਈ ਪ੍ਰੋਬਲਮ ਹੈਗੀ ਆਪਣੀ ਡਾਕਟਰ ਸਾਹਿਬ ਨੂੰ ਆਪਦੀ ਕੰਸਲਟ ਕਰ ਸਕਦੇ ਆ। ਅਸੀਂ ਡਾਕਟਰ ਸਾਹਿਬ ਦੇ ਕਾਫ਼ੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪੇਸ਼ੈਂ ਸਾਡਾ ਕਰਕੇ ਸਾਨੂੰ ਇਸ ਬਿਮਾਰੀ ਤੋਂ ਮਤਲਬ ਨਿਜਾਤ ਹੋਈ ਹੈਗੀ। ਮੈਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ।